ਦੇਸ਼ ਵਿੱਚ ਫੈਲੇ ਕੈਂਸਰ ਦੀ ਭਿਆਨਕ ਬਿਮਾਰੀ ਬਾਰੇ ਅੱਜ ਸਾਡੇ ਨਾਲ ਗੱਲ ਕਰ ਰਹੇ ਨੇ ਸ਼੍ਰੀ ਅੰਮ੍ਰਿਤ ਅਗਰਵਾਲ ਜੀ, ਜੋ ਆਮ ਪਾਰਟੀ ਦੇ ਸੀਨੀਅਰ ਨੇਤਾ ਨੇ, ਉਹ ਕੀ ਕਹਿਣਾ ਚਾਹੁੰਦੇ ਨੇ ਅਗਰਵਾਲ ਸਾਹਿਬ? ਮੈਂ ਅੰਮ੍ਰਿਤ ਲਾਲ ਅਗਰਵਾਲ, ਮਾਲਵਾ ਜੋਨ ਬੰਨ ਦਾ ਵਾਈਸ ਪ੍ਰੈਜੀਡੈਂਟ, ਆਮ ਆਦਮੀ ਪਾਰਟੀ ਵੱਲੋਂ ਇਹ ਦੱਸਣਾ ਚਾਹੁੰਦਾ, ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਜੋ ਕੈਂਸਰ ਦੀ ਭਿਆਨਕ ਬਿਮਾਰੀ ਨਾਲ ਮਰੀਜ਼ ਆਪਣਾ ਸਰਕਾਰ ਤੋਂ ਪੈਸਾ ਲੈਣ ਵਾਸਤੇ, ਕਰੋਨਿਕ ਡਿਜੀਜ਼ ਦਾ ਸਰਟੀਫਿਕੇਟ ਬਣਾਉਣ ਵਾਸਤੇ ਲੋੜੀਂਦਾ ਹੈ, ਉਹ ਫਰੀਦਕੋਟ ਲੈਣ ਜਾਂਦੇ ਨੇ, ਜੋ ਇੱਕ ਬਹੁਤ ਹੀ ਵੱਡੀ ਕੈਂਸਰ ਦੇ ਮਰੀਜ਼ ਨੂੰ ਮੁਸੀਬਤ ਹੈ, ਕਿਉਂਕਿ ਕੈਂਸਰ ਦੇ ਮਰੀਜ਼ ਕਈ ਸੀਰੀਅਸ ਹੁੰਦੇ ਹਨ, ਉਹ ਨਹੀਂ ਜਾ ਸਕਦੇ ਹੁੰਦੇ, ਪਰ ਜਿਹੜੇ ਉੱਥੋਂ ਦੇ ਡਾਕਟਰ ਹੈ ਉਹ ਕਹਿੰਦੇ ਆ ਵੀ ਜਿੰਨੀ ਦੇਰ ਤੱਕ ਮਰੀਜ਼ ਇੱਥੇ ਨਹੀਂ ਆਊਗਾ ਅਸੀਂ ਕਰੋਨਿਕ ਡਿਜੀਜ਼ ਦਾ ਸਰਟੀਫਿਕੇਟ ਨਹੀਂ ਦੇਵਾਂਗੇ, ਭਾਵੇਂ ਕਿ ਉਹ ਪ੍ਰਾਈਵੇਟ ਡਾਕਟਰ ਜਿੱਥੋਂ ਇਲਾਜ ਕਰਾ ਰਿਹਾ ਉਸਦਾ ਲਿਖਿਆ ਹੋਵੇ, ਉਸ ਨੂੰ ਵੀ ਨਹੀਂ ਮੰਨਦੇ। ਇਹ ਬਹੁਤ ਹੀ ਮਾੜੀ ਗੱਲ ਹੈ। ਜਿੱਥੇ ਇਲਾਜ ਹੋ ਰਿਹਾ ਉੱਥੋਂ ਦਾ ਡਾਕਟਰ ਕੁਆਲੀਫਾਈਡ ਹੁੰਦਾ, ਉਹ ਲਿਖ ਕੇ ਦਿੰਦਾ, ਜੇ ਲਿਖ ਕੇ ਦਿੰਦਾ ਤਾਂ ਉਹਨਾਂ ਨੂੰ ਮੰਨਣਾ ਚਾਹੀਦਾ, ਜਦੋਂ ਕਿ ਉਹਨਾਂ ਦੇ ਜਿਹੜੇ ਵਾਰਸ ਹੁੰਦੇ ਆ ਉਹ ਮਰੀਜ਼ ਨੂੰ ਲੈ ਕੇ ਕਾਰ ਦੇ ਵਿੱਚ ਜਾਂਦੇ ਆ, ਇੱਥੋਂ ਫਰੀਦਕੋਟ ਘੱਟੋ ਘੱਟ 60 ਕਿਲੋਮੀਟਰ ਹੈ, ਮਰੀਜ਼ ਦੀ ਹਾਲਤ 60 ਕਿਲੋਮੀਟਰ ਜਾਂਦੇ ਜਾਂਦੇ ਬਹੁਤ ਮਾੜੀ ਹੋ ਜਾਂਦੀ ਹੈ। ਇਹ ਵੀ ਇੱਥੇ ਵੀ ਬੱਸ ਨਹੀਂ, 3000 ਰੁਪਇਆ ਕਿਰਾਇਆ ਲਾ ਕੇ ਜਾਂਦੇ ਆ, ਉੱਥੇ ਜਾ ਕੇ ਇੱਧਰ ਜਾਓ ਦੂਜੇ ਡਾਕਟਰ ਕੋਲ, ਫਲਾਣੇ ਥਾਂ ਪਰਚੀ ਬਣਾ ਕੇ ਲਿਆਓ, ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰਨ ਨਾਲ ਮਰੀਜ਼ ਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ। ਇੱਥੇ ਹੀ ਬੱਸ ਨਹੀਂ, ਜਦੋਂ ਉਹਨਾਂ ਤੋਂ ਸਰਟੀਫਿਕੇਟ ਮੰਗਿਆ ਜਾਂਦਾ ਉਹ ਕਹਿੰਦੇ ਹਫ਼ਤੇ ਬਾਅਦ ਲੈਣ ਆਓ। ਇਹ ਗੁਰੂ ਗੋਬਿੰਦ ਸਿੰਘ ਕਾਲਜ ਜੋ ਮੈਡੀਕਲ ਹੋਸਪਿਟਲ ਹੈ ਫਰੀਦਕੋਟ ਵਿੱਚ, ਇਹ ਸਾਰੀ ਘਟਨਾ ਉੱਥੋਂ ਦੀ ਵਾਪਰੀ ਹੋਈ ਹੈ। ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਾਂਗਾ, ਜਦੋਂ ਕਿ ਬਠਿੰਡਾ ਵਿਖੇ ਐਡਵਾਂਸ ਕੈਂਸਰ ਹਸਪਤਾਲ ਹੈ, ਬਠਿੰਡਾ ਦੇ ਏਰੀਏ ਦੇ ਇਲਾਕੇ ਦੇ ਲੋਕਾਂ ਨੂੰ ਬਠਿੰਡੇ ਤੋਂ ਕਿਉਂ ਨਹੀਂ ਇਹ ਸਰਟੀਫਿਕੇਟ ਇਸ਼ੂ ਕੀਤਾ ਜਾਂਦਾ? ਮੈਂ ਫਿਰ ਮੰਗ ਕਰਦਾ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਵੱਲੋਂ ਕਿ ਜਿਹੜਾ ਇਹ ਕਰੋਨਿਕ ਡਿਜੀਜ਼ ਦਾ ਸਰਟੀਫਿਕੇਟ ਹੈ ਐਡਵਾਂਸ ਸੈਂਟਰ ਬਠਿੰਡਾ ਤੋਂ ਜਾਰੀ ਕੀਤਾ ਜਾਇਆ ਕਰੇ, ਕਿਉਂਕਿ ਉਹਨਾਂ ਦਾ ਖਰਚਾ ਵੀ ਵੱਜਦਾ, ਮਰੀਜ਼ ਦੀ ਹਾਲਤ ਵੀ ਖਰਾਬ ਨਹੀਂ ਹੁੰਦੀ, ਅਤੇ ਇਹ ਲੋਕਾਂ ਵਾਸਤੇ ਇੱਕ ਬਹੁਤ ਵੱਡੀ ਸਹੂਲਤ ਹੋਊਗੀ। ਦੂਜਾ, ਇਹ ਸੂਤਰਾਂ ਤੋਂ ਪਤਾ ਲੱਗਿਆ ਜੋ ਪ੍ਰਾਈਵੇਟ ਹਸਪਤਾਲਾਂ ਵਿੱਚ ਕੈਂਸਰ ਦੇ ਇਲਾਜ ਵਾਸਤੇ CM ਫੰਡ ਵਿੱਚੋਂ 1.5 ਲੱਖ ਰੁਪਈਆ ਕੈਂਸਰ ਦੇ ਮਰੀਜ਼ਾਂ ਨੂੰ ਇਲਾਜ ਲਈ ਦਿੱਤਾ ਜਾਂਦਾ ਸੀ, ਉਹ ਪੰਜਾਬ ਸਰਕਾਰ ਨੇ ਬੰਦ ਕਰ ਦਿੱਤਾ, ਜੋ ਕਿ ਇੱਕ ਬਹੁਤ ਹੀ ਦੁਖਦਾਇਕ ਘਟਨਾ ਹੈ। ਕੈਂਸਰ ਦੇ ਮਰੀਜ਼ ਨੂੰ ਹੌਸਲਾ ਹੁੰਦਾ ਸੀ ਕਿ ਸਰਕਾਰ ਤੋਂ ਮੈਨੂੰ ਕੁਛ ਮਿਲ ਰਿਹਾ, ਥੋੜ੍ਹੀ ਬਹੁਤੀ ਮੇਰੀ ਹੈਲਪ ਹੋਊਗੀ, ਪਰ ਉਹਨਾਂ ਨੇ ਇਸ ਮਤਲਬ ਜੋ ਦਿੰਦੇ ਸੀ ਸਹਾਇਤਾ ਵਧਾਉਣ ਦੀ ਬਜਾਏ, 1.5 ਲੱਖ ਦੀ ਬਜਾਏ, 3 ਲੱਖ ਕਰਨ ਦੀ ਬਜਾਏ ਉਹਨਾਂ ਨੇ ਕੀ ਕੀਤਾ, ਇਸ ਨੂੰ ਬੰਦ ਕਰ ਦਿੱਤਾ ਗਿਆ, ਜੋ ਕਿ ਬਹੁਤ ਹੀ ਮਾੜੀ ਹੈ। ਮਰੀਜ਼ ਜਿਹੜਾ ਜਦੋਂ ਪਤਾ ਲੱਗ ਜਾਂਦਾ ਵੀ ਉਹਨੂੰ ਕੈਂਸਰ ਦੀ ਬਿਮਾਰੀ ਹੈ ਤਾਂ ਹੋਰ ਵੀ ਉਹ ਜ਼ਿਆਦਾ ਡਾਊਨ ਹੋ ਜਾਂਦਾ, ਕਿਉਂਕਿ ਉਸ ਕੋਲ ਪੈਸਾ ਨਹੀਂ ਹੁੰਦਾ, ਇਹ ਬਹੁਤ ਪੈਸਾ ਲੱਗ ਕੇ ਇਲਾਜ ਹੈ, ਆਮ ਬੰਦੇ ਦੇ ਇਲਾਜ ਕਰਾਉਣ ਦੀ ਹਿੰਮਤ ਨਹੀਂ ਹੁੰਦੀ। ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰੂੰਗਾ, ਜੋ CM ਫੰਡ ਵਿੱਚੋਂ 1.5 ਲੱਖ ਰੁਪਈਆ ਦਿੱਤਾ ਜਾਂਦਾ ਸੀ ਉਹਨੂੰ ਵਧਾ ਕੇ 3 ਲੱਖ ਕੀਤਾ ਜਾਵੇ, ਹਰ ਹਸਪਤਾਲ ਵਿੱਚ ਇਹ ਸਹੂਲਤ ਦਿੱਤੀ ਜਾਵੇ ਤਾਂ ਕਿ ਮਰੀਜ਼ ਆਪਣਾ ਵਧੀਆ ਇਲਾਜ ਕਰਾ ਸਕੇ। ਜੋ ਉਹਨੂੰ ਅਧਿਕਾਰ ਅੱਛਾ ਜ਼ਿੰਦਗੀ ਵਿੱਚ ਜਿਉਣ ਦਾ ਮਿਲਿਆ ਹੋਇਆ ਹੈ, ਉਸ ਨੂੰ ਆਪਦੇ ਨੂੰ ਪਾਲਣਾ ਕਰ ਸਕੇ ਆਪਦੇ ਅਧਿਕਾਰ ਦੀ। ਜੈ ਅਗਰਵਾਲ ਸਾਹਿਬ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਕੈਂਸਰ ਪੀੜਿਤ ਮਰੀਜ਼ ਹਨ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਹੂਲਤਾਂ ਦਿੱਤੀਆਂ ਜਾਣ। ਬਠਿੰਡਾ ਤੋਂ ਰਾਜ ਕੁਮਾਰ ਦੀ ਰਿਪੋਰਟ।